ਹੋਰ ਕਿਵੇਂ ਨੇ ਸਾਰੇ ਮੇਰੇ ਵੀਰ? ਕਿਵੇਂ ਆ? ਦੇਖੋ ਮੇਰੇ ਭਰਾਵੋ, ਜਿਹੜੀ ਆਪਾਂ ਸੁਪਰੀਮ 110 ਘਰ ਦਾ ਬੀਜ ਸੀਗਾ, 23 ਦਿਨ ਦੀ ਪੌਦਾ, ਆਹ ਦੇਖੋ ਆਹ ਤਾਂ ਵਿੱਚ ਜੋ ਨਿਕਲੇ ਪੈਰਾਂ ਦੇ ਮਾੜੇ ਮੋਟੇ ਨਿਸ਼ਾਨ, ਇੰਨੇ ਕੁ ਨਾਲ ਤਾਂ ਚਲੋ ਕੀ ਹੁੰਦਾ। ਬਹੁਤ ਦੇਖੋ ਤੁਸੀਂ, ਘਰ ਦਾ ਬੀਜ ਰੱਖਿਆ ਸੀ ਆਪਾਂ ਵੱਢ ਕੇ, ਜਿਹੜਾ ਝਾੜਿਆ ਦੀ ਪਹਿਲੀ ਆਪਣੀ ਵੀਡੀਓ ਇੱਕ ਪਾਈ ਹੋਈ ਆ, ਜਦੋਂ ਆਪਾਂ ਵੱਢ ਰਹੇ ਹਾਂ ਬੀਜ ਨੂੰ। ਅਤੇ ਤੁਸੀਂ ਹੋਰ ਦੇਖੋ ਗੱਲਬਾਤ, ਵੀ ਆਪਾਂ ਇੱਕ ਤਾਂ ਭੇਡ ਚਾਲ ਹੁੰਦੇ ਐਂ ਜੀ, ਉਹ ਕਰ ਲਓ ਕਰ ਲਓ, ਵੀ ਇੱਥੋਂ ਲਿਆਓ ਇੱਥੋਂ ਲਿਆਓ। ਦੇਖੋ ਜੜ ਭਈਆ ਦੁੱਧ ਅਰਗੀ, ਦੇਖੋ ਇਹ ਤੇਲੇ ਵਾਲੀ ਜ਼ਰੂਰ ਆਪਾਂ ਸਪਰੇ ਮਾਰਤੀ ਸੀ, ਉਹਦੇ ਨਾਲ ਬਹੁਤ ਫਰਕ ਪੈਂਦਾ। ਇੱਕ ਤਾਂ ਮੱਛਰ ਮੁੱਛਰ ਦਾ ਜੋ ਮੱਖੀ ਹੁੰਦੀ ਆ ਪ੍ਰੋਬਲਮ, ਜੋ ਛੋਟੇ ਬੂਝੇ ਦੀ ਵੀ ਪ੍ਰੋਬਲਮ ਬਹੁਤ ਸੈੱਟ ਹੁੰਦੀ ਆ ਉਹਦੇ ਨਾਲ। ਆਪਾਂ ਨੂੰ ਤਾਂ ਬਹੁਤ ਵਧੀਆ ਰਿਜ਼ਲਟ ਲੱਗਿਆ, ਆਲੇ ਦੁਆਲੇ ਜੋ ਹੁੰਦਾ ਨਾ ਆਪਣੇ ਵਿੱਚ ਹੋ ਜਾਂਦਾ ਨੇ, ਚਲੋ ਕੱਖ ਮਾੜਾ ਮੋਟਾ ਹਿਲੜਾ ਹੋ ਹੀ ਜਾਂਦਾ, ਜਾਂ ਹੋਰ ਕੱਖ ਦੂਰ ਦੂਰ ਤੱਕ ਮਾਰ ਦੇਵੇ ਆਲੇ ਦੁਆਲੇ। ਮੈਂ ਤਾਂ ਬਹੁਤ ਉਹ ਦੇਖੋ ਪਰੇ, ਉਹ ਥੋੜ੍ਹਾ ਮੋਟਾ ਹੈਗਾ ਸੀ ਆਹ, ਉਹ ਤੱਕ ਸਾਰੇ ਮਾਰਤੀ ਸੀਗੀ। ਬਹੁਤ ਦੇਖੋ ਖੜੀ ਤੁਸੀਂ, ਐਨ ਕੋਕੇ ਲਾਏ ਪਏ ਨੇਗੇ। ਪਿਛਲੀ ਵਾਰ ਆਪਾਂ ਘਰ ਦੇ ਵੀ ਰੱਖਿਆ, ਪਿਛਲੀ ਵਾਰ ਲਿੱਤਾ ਸੀ ਆਪਾਂ ਸੁਪਰੀਮ 110 ਦਾ ਵੀ, ਇਸ ਵਾਰ ਘਰ ਦਾ ਰੱਖ ਲਿਆ ਦੀ ਆਪਾਂ, ਪਿਛਲਿਆ ਬੀਜਿਆ ਸੀ ਆਪਾਂ। ਝਾੜ ਹੀ ਬਹੁਤ ਸੋਹਣਾ ਸੀ ਸੁਪਰੀਮ 110 ਦਾ, ਬਹੁਤ ਟੋਪ ਕੁਆਲਿਟੀ ਆ। ਆਪਾਂ ਨੂੰ ਤਾਂ ਆਪਣੇ ਸੁਪਰੀਮ 110 ਆ, ਅਤੇ ਬਾਕੀ ਤੁਹਾਨੂੰ ਉਹਦੀ ਜਾਣਕਾਰੀ ਦਿੰਦੇ ਹਾਂ 1509 ਦੀ, ਤੁਹਾਨੂੰ ਅਗਲੀ ਵੀਡੀਓ 'ਚ ਦਿਖਾਊਂਗਾ 1509 ਦੀ ਵੀ। ਉਹ ਆਪਾਂ ਵੀ ਉਹ ਵੀ ਨਵਾਂ ਹੀ ਲਿੱਤਾ ਵੀ, ਉਹ ਆਪਾਂ ਘਰ ਦਾ ਪਿਛਲੇ ਸਾਲ ਆਪਣੇ 1847 ਸੀਗਾ, ਉਹ ਵੀ ਤੁਹਾਨੂੰ ਦਿਖਾਵਾਂਗੇ। ਉਹ ਇਸ ਵਾਰ ਇੱਕ ਦੀ ਆਪਾਂ 1509 ਦਾ ਨਵਾਂ ਵੀ ਲਿੱਤਾ ਸੀਗਾ, ਉਹ ਤੁਹਾਨੂੰ ਦਿਖਾਵਾਂਗੇ। ਆਹ ਸੁਪਰੀਮ 110 ਦੇਖੋ ਤੁਸੀਂ, ਜੜ ਧੋ ਕੇ ਦਿਖਾਉਣ, ਕਿੰਨੀ ਸੋਹਣੀ ਆ। ਬਾਕੀ ਝਾੜ ਪੱਖੋਂ ਬਹੁਤ ਕੁਆਲਿਟੀ ਵਧੀਆ। ਬਾਕੀ ਸਾਡੇ ਏਰੀਏ 'ਚ ਰਕਬਾ ਜ਼ਿਆਦਾਤਰ 26 ਤਾਂ ਪਿਛਲੇ ਸਾਲ ਤਾਂ ਬਹੁਤ ਲੱਗੀ ਸੀਗੀ, ਅਤੇ ਇਸ ਵਾਰ ਥੋੜ੍ਹੀ ਜਿਹੀ ਸਾਡੇ ਏਰੀਏ 'ਚ ਘੱਟ ਆ, ਏਰੀਆ ਮਲੇਰਕੋਟਲਾ ਸਾਡੇ ਏਰੀਏ 'ਚ। ਬਾਕੀ ਅੱਗੇ ਪਿੱਛੇ ਪਤਾ ਨਹੀਂ ਵੀ ਲਾਉਣ ਜਾਂ ਅਗਲੀ ਮਰਜ਼ੀ ਹੁੰਦੀ ਆ, ਹੈ ਨਾ। ਅਤੇ ਸੁਪਰੀਮ 110 ਵੀ ਲੱਗੀ ਆ, ਅਤੇ 31 ਬਹੁਤ ਲੱਗੀ ਆ, PR 131, ਉਹ ਆਪਾਂ ਲਾਈ ਨਹੀਂ ਕਦੇ। ਚਲੋ ਹੈਗਾ ਆਪਣੇ ਤਾਏ ਜੀ ਕੋਲ ਵੀ ਹੈਗਾ, ਉਹਦੀ ਬਹੁਤ ਬੀਜੀ ਹੋਈ ਆ, ਉਹ ਆਪਾਂ ਦੇਖਾਂਗੇ ਫਿਰ, ਉਹਨਾਂ ਤੋਂ ਲੈ ਲਾਂਗੇ PR 131। ਥੋੜ੍ਹਾ ਥੋਂ ਲਾ ਕੇ ਦੇਖ ਲਾਂਗੇ ਕੀ ਲੱਕ, ਉਹ ਕਹਿੰਦੇ ਰਿਜ਼ਲਟ ਬਹੁਤ ਵਧੀਆ, PR 131 ਦਾ ਵੀ ਬਹੁਤ ਸੋਹਣਾ। ਚਲੋ ਇਹਦਾ ਤਾਂ ਆਪਾਂ ਨੂੰ ਪਤਾ ਹੀ ਹੈ, ਸੁਪਰੀਮ 110 ਆਪਾਂ ਪ੍ਰੈਕਟੀਕਲ ਕੀਤਾ ਪਿਛਲੇ ਹਾਲ ਬੀਜੀ ਸੀਗੀ, ਬਹੁਤ ਸੋਹਣਾ ਝਾੜ ਰਿਹਾ ਇਹਦਾ, ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ। ਅਤੇ ਬਾਕੀ ਵੀਰੋ ਘਰ ਦਾ ਬੀਜ ਰੱਖਿਆ ਕਰੋ, ਜਿੰਨਾ ਕੁ ਹੋ ਸਕੇ ਜਿੰਨਾ ਕੁ ਰੱਖਿਆ ਜਾਂਦਾ ਹੁੰਦਾ, ਮੁੱਲ ਦੇ ਵੀ ਮਗਰ ਨਾ ਭੱਜਿਆ ਕਰੋ, ਕਿ ਘਰ ਦਾ ਆਪਾਂ ਨੂੰ ਪਤਾ ਹੁੰਦਾ ਕਿਵੇਂ ਆਪਣਾ ਨਿਕਲੀ ਆ, ਕਿਵੇਂ ਝਾੜ ਰਹਿੰਦਾ, ਜਿਹੜੀ ਵਰਾਇਟੀ ਦਾ ਰਹਿ ਜਾਂਦਾ। ਦੇਖੋ ਸਭ ਹਾਈ ਬ੍ਰੈਡ ਵਰਾਇਟੀ ਦਾ ਤਾਂ ਨਹੀਂ ਵੀ ਮੇਰਾ ਖਿਆਲ ਰਹਿੰਦਾ, ਕਿਸੇ ਦਾ ਵੀ ਇਹਨਾਂ ਦਾ ਰਹਿ ਜਾਂਦਾ। 26 ਹੋ ਗਈ, ਹੋਰ ਚਲੋ ਪੂਛਾ ਤਾਂ ਇੱਕ ਦੀ ਕਹਿੰਦੇ ਵੀ ਬੰਦ ਜੀ ਆ ਵਿੱਚ, ਚਲੋ ਹਟਦੇ ਤਾਂ ਕਾਹਨੂੰ ਨੇ ਲੋਕ ਲਾਉਣੋ, ਅਤੇ ਪਾਣੀ ਵੱਧ ਲੈਂਦੀ ਆ ਪੂਛਾ,
ਤੇ ਪੱਕਣ ਚ ਬਹੁਤ ਚਿਰ ਲੱਗਦੀ ਆ। ਇਹ ਥੋੜਾ ਜਿਹਾ ਘੱਟ ਲੈਂਦੀ ਆ ਸੁਪਰੀਮ, ਪਾ ਦਿੰਦੀ ਆ ਫਿਰ ਵੀ 20 ਕੁ ਦਿਨ ਦਾ ਲਗਭਗ ਅੰਦਾਜ਼ਾ ਲਾ ਕੇ ਚੱਲੀਏ, 20 ਕੁ ਦਿਨ ਦਾ ਫਰਕ ਪੈ ਜਾਂਦਾ ਫਿਰ ਵੀ, ਤੇ 15-20 ਹਾਂ ਇੰਨਾ ਕੁ ਪੈ ਜਾਂਦਾ। ਤੇ 26, ਚਲੋ 26 ਜ਼ਿਆਦਾ ਘੱਟ ਲੈਂਦੀ ਆ। 26 ਆਪਦੀ ਜਗ੍ਹਾ ਠੀਕ ਆ, ਇਹ ਆਪਦੀ ਜਗ੍ਹਾ ਵਿੱਚ। ਹੁਣ ਆਲੂਆਂ ਦੇ ਜਿਹੜੇ ਲਾ ਰਹੇ ਨੇ ਵੀ, ਜਿਨ੍ਹਾਂ ਨੇ ਆਲੂ ਉਹ ਕਰਨਾ ਤਾਂ ਉਹ ਅਗਲਾ ਜਾਂ 1500-1509 ਲਾ ਲੈਂਦਾ, ਨਹੀਂ PR 126 ਲਾ ਲੈਂਦਾ। ਇਹ ਘੱਟ ਟਾਈਮ ਲੈਂਦਾ, ਕਿਉਂ ਆਲੂ ਦੇ ਫਸਲ ਦਾ ਟਾਈਮ ਪੀਰੀਅਡ ਘੱਟ ਹੁੰਦਾ, ਜੇ ਲੇਟ ਲਾਵਾਂਗੇ ਉਹੀ ਗਾਹਾਂ ਫਸਲ ਲੇਟ ਹੋ ਜਾਂਦੀ ਆ। ਚਲੋ ਤੁਹਾਨੂੰ ਦੱਸਾਂਗੇ ਇਹ ਵੀ ਆਪਾਂ, ਬਸ ਹਲੇ ਪਾਣੀ ਛੱਡਾਂਗੇ ਫਿਰ ਦੇਖਦੇ ਹਾਂ, ਹਲੇ 5-4 ਦਿਨ ਤੱਕ ਹੋਜੂ, 5 ਕੁ ਦਿਨ ਤੱਕ ਆਪਾਂ ਲਾਵਾਂਗੇ, ਉਹੀ 27 ਕੁ ਦਿਨ ਦੀ ਹੋਜੂਗੀ, 26-27 ਦੀ। ਠੀਕ ਹੈ, ਉਹ ਪਰਲੀ 1 ਦਿਨ ਲੇਟ ਸੀਗੀ, ਉਹ 1 ਦਿਨ ਲੇਟ ਬੀਜੀ ਸੀ, ਉਹ ਥੋੜ੍ਹਾ ਜਿਹਾ ਚੱਕਰ ਪੈ ਗਿਆ ਸੀ ਉਹ ਬੱਟਾਂ ਦਾ, ਹਾਂ 1 ਦਿਨ ਪਹਿਲਾਂ, 1 ਦਿਨ ਦਾ ਹੀ ਫਰਕ ਆ ਇਹ ਤਾਂ ਉਹਦਾ। ਓਕੇ ਮੇਰੇ ਵੀਰੋ, ਅਗਲੀ ਅਪਡੇਟ ਦੇਵਾਂਗੇ ਜਿਹੜੀ ਆਹ ਬੀਜੀ ਆ ਤੁਹਾਨੂੰ, ਇਹ ਵੀ ਦੱਸਾਂਗੇ ਸਾਰਾ, ਉੱਧਰ ਤੁਹਾਨੂੰ ਮੱਕੀ ਬਾਰੇ ਦੱਸਾਂਗੇ ਜਿਹੜੀ ਬਾਅਦ ਵਿੱਚ ਬੀਜੀ ਆ। ਓਕੇ ਮੇਰੇ ਵੀਰੋ।